ਆਪ ਸੰਸਦ ਰਾਘਵ ਚੱਡਾ ਭਾਰਤ ਵਾਪਸ ਪਰਤ ਆਏ ਨੇ। ਦੱਸ ਦਈਏ ਕਿ ਸਵੇਰ ਵੇਲੇ ਉਹ ਅਰਵਿੰਦ ਕੇਜਰੀਵਾਲ ਦੇ ਘਰ ਪਹੁੰਚੇ। ਪੰਜਾਬ ਤੋਂ ਰਾਜ ਸਭਾ ਸੰਸਦ ਨੇ ਰਾਘਵ ਚੱਡਾ। ਦੱਸ ਦਈਏ ਕਿ ਸੀਐਮ ਕੇਜਰੀਵਾਲ ਦੀ ਰਿਹਾਇਸ਼ ਤੇ ਪਹੁੰਚੇ ਨੇ ਰਾਘਵ ਚੱਡਾ ਅਤੇ ਯੂਕੇ ਤੋਂ ਅੱਖਾਂ ਦੀ ਸਰਜਰੀ ਕਰਵਾ ਕੇ ਭਾਰਤ ਵਾਪਸ ਪਹੁੰਚੇ ਨੇ, ਜਿਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੂੰ ਮਿਲਣ ਉਹਨਾਂ ਦੀ ਰਿਹਾਇਸ਼ ਤੇ ਪਹੁੰਚੇ ਨੇ। ਦੱਸ ਦਈਏ ਕਿ ਪਿਛਲੇ ਦਿਨਾਂ ਦੇ ਦੌਰਾਨ ਚੱਡਾ ਦੀ ਗੈਰ ਮੌਜੂਦਗੀ ਤੇ ਵਿਰੋਧੀ ਸਵਾਲ ਚੁੱਕ ਰਹੇ ਸਨ। ਸਤੰਬਰ 2023 ਦੇ ਵਿੱਚ ਰਾਘਵ ਚੱਡਾ ਨੇ ਪ੍ਰਣੀਤੀ ਚੋਪੜਾ ਨਾਲ ਵਿਆਹ ਕਰਵਾਇਆ ਸੀ, ਜਿਸ ਤੋਂ ਬਾਅਦ ਹੁਣ ਉਹ ਪਿਛਲੇ ਸਮੇਂ ਅੱਖਾਂ ਦੀ ਸਰਜਰੀ ਲਈ ਯੂਕੇ ਗਏ, ਜਿਸ ਤੋਂ ਬਾਅਦ ਵਿਰੋਧੀ ਉਹਨਾਂ ਦੇ ਲੋਕ ਸਭਾ ਚੋਣਾਂ ਦੌਰਾਨ ਗੈਰ ਮੌਜੂਦਗੀ ਤੇ ਸਵਾਲ ਚੁੱਕ ਰਹੇ ਸਨ ਤੇ ਹੁਣ ਰਾਘਵ ਚੱਡਾ ਅੱਖਾਂ ਦੀ ਸਰਜਰੀ ਕਰਵਾਉਣ ਤੋਂ ਬਾਅਦ ਵਾਪਸ ਭਾਰਤ ਪਰਤ ਆਏ ਨੇ। ਇਸ ਦੌਰਾਨ ਉਹ ਆਪ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲਣ ਲਈ ਉਹਨਾਂ ਦੀ ਰਿਹਾਇਸ਼ ਤੇ ਪਹੁੰਚੇ। ਦੱਸ ਦਈਏ ਕਿ ਕਈ ਮਹੀਨਿਆਂ ਤੋਂ ਵਿਦੇਸ਼ ਦੇ ਵਿੱਚ ਸੀ ਰਾਘਵ ਚੱਡਾ, ਯੂਕੇ ਦੇ ਵਿੱਚ ਆਪਣੀਆਂ ਅੱਖਾਂ ਦਾ ਇਲਾਜ ਕਰਵਾ ਰਹੇ ਸੀ ਅਤੇ ਲੋਕ ਸਭਾ ਚੋਣਾਂ ਦੇ ਨਾਲ ਨਾਲ ਜਦੋਂ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਹੁੰਦੀ ਹੈ ਉਦੋਂ ਵੀ ਉਹ ਗੈਰ ਮੌਜੂਦ ਰਹੇ, ਜਿਸ ਤੇ ਵਿਰੋਧੀ ਸਵਾਲ ਖੜੇ ਕਰ ਰਹੇ ਸਨ ਤੇ ਹੁਣ ਰਾਘਵ ਚੱਡਾ ਵਾਪਸ ਭਾਰਤ ਪਰਤ ਆਏ ਨੇ ਤੇ ਇਸ ਦੇ ਨਾਲ ਹੀ ਉਹਨਾਂ ਸੀਐਮ ਕੇਜਰੀਵਾਲ ਦੇ ਨਾਲ ਮੁਲਾਕਾਤ ਕੀਤੀ ਹੈ। ਸੀਐਮ ਕੇਜਰੀਵਾਲ ਦੇ ਰਿਹਾਇਸ਼ ਤੇ ਪਹੁੰਚੇ ਨੇ ਰਾਘਵ ਚੱਡਾ। ਦੱਸ ਦਈਏ ਕਿ ਰਾਜ ਸਭਾ ਸੰਸਦ ਨੇ ਪੰਜਾਬ ਤੋਂ ਰਾਘਵ ਚੱਡਾ ਤੇ ਅਰਵਿੰਦ ਕੇਜਰੀਵਾਲ ਦੇ ਬਹੁਤ ਨਜ਼ਦੀਕੀਆਂ ਦੇ ਵਿੱਚੋਂ ਇੱਕ ਨੇ। ਹਾਲਾਂਕਿ ਸਵਾਲ ਇਹ ਸੀ ਕਿ ਜਦੋਂ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਗਿਆ ED ਦੇ ਵੱਲੋਂ ਤਾਂ ਰਾਘਵ ਚੱਡਾ ਦੀ ਗੈਰ ਮੌਜੂਦਗੀ ਤੇ ਵਿਰੋਧੀਆਂ ਨੇ ਸਵਾਲ ਚੁੱਕੇ, ਪਰ ਹੁਣ ਰਾਘਵ ਚੱਡਾ ਵਾਪਸ ਪਰਤ ਆਏ ਨੇ। ਦਰਅਸਲ ਉਹਨਾਂ ਨੇ ਅੱਖਾਂ ਦੀ ਸਰਜਰੀ ਕਰਵਾਈ ਹੈ ਜੋ ਯੂਕੇ ਤੋਂ ਕਰਵਾਈ ਹੈ। ਸਰਜਰੀ ਕਰਵਾਉਣ ਤੋਂ ਬਾਅਦ ਉਹ ਵਾਪਸ ਭਾਰਤ ਪਰਤੇ ਨੇ ਤੇ ਇਸ ਦੌਰਾਨ ਉਹਨਾਂ ਨੇ ਅਰਵਿੰਦ ਕੇਜਰੀਵਾਲ ਦੇ ਨਾਲ ਮੁਲਾਕਾਤ ਕੀਤੀ ਹੈ।